ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਸਟਰ ਕਲਾਸਿਸ ਮੇਰਾ ਨਾਮ ਅਰਸ਼ਦੀਪ ਪੋਲਿਟੀ ਦੇ ਵਿੱਚ ਆਪਾਂ ਐਗਜ਼ੈਕਟਿਵ ਬੋਡੀਜ਼ ਬਾਰੇ ਗੱਲ ਕਰ ਰਹੇ ਸੀ ਤੇ ਅੱਜ ਆਪਾਂ ਆਪਣੀ ਅਗਲੀ ਐਗਜ਼ੈਕਟਿਵ ਬੋਡੀ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ ਜੀ ਨੈਸ਼ਨਲ ਡਿਵੈਲਪਮੈਂਟ ਕੌਂਸਲ ਯਾਨੀ ਕਿ NDC ਇਹ ਬੋਡੀ ਐਗਜ਼ਾਮ ਪੁਆਇੰਟ ਆਫ ਵਿਊ ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਤੇ ਤੁਸੀਂ ਖੁਦ ਦੇਖ ਸਕਦੇ ਹੋ ਇਸ ਬੋਡੀ ਦੇ ਵਿੱਚੋਂ PPSC ਨੇ ਹਾਲ ਹੀ ਦੇ ਵਿੱਚ ਕੁਝ ਕੁ ਮਹੀਨੇ ਪਹਿਲਾਂ ਇੱਕ ਪੇਪਰ ਹੋਇਆ ਸੀਗਾ ਅਸਿਸਟੈਂਟ ਕੰਜ਼ਰਵੇਟਰ ਆਫ ਫੋਰੈਸਟ ਦਾ ਇਸ ਇਗਜ਼ਾਮ ਦੇ ਵਿੱਚ ਇਸ ਬੋਡੀ ਦੀ ਕੰਪੋਜੀਸ਼ਨ ਪੁੱਛ ਲਈ PPSC ਨੇ ਵੀ ਇਸ ਬੋਡੀ ਦੇ ਵਿੱਚ ਕੌਣ ਕੌਣ ਇਹਦਾ ਭਾਗ ਹੁੰਦਾ ਹੈ ਸੋ ਕੀ ਪ੍ਰਧਾਨ ਮੰਤਰੀ ਹੁੰਦਾ ਹੈ ਫਾਈਨੈਂਸ ਕਮਿਸ਼ਨ ਦਾ ਚੇਅਰਮੈਨ ਇਸ ਬੋਡੀ ਦਾ ਭਾਗ ਹੁੰਦਾ ਹੈਗਾ ਯੂਨੀਅਨ ਕੈਬਨਿਟ ਯਾਨੀ ਕਿ ਕੇਂਦਰ ਸਰਕਾਰ ਦੇ ਮੰਤਰੀ ਇਸ ਬੋਡੀ ਦਾ ਪਾਰਟ ਹੁੰਦੇ ਨੇ ਜਾਂ ਚੀਫ ਮਿਨਿਸਟਰ ਆਫ ਸਟੇਟਸ ਇਸ ਕੁਐਸਚਨ ਦਾ ਆਨਸਰ ਮੈਂ ਤੁਹਾਡੇ ਸਾਰਿਆਂ ਤੋਂ ਹੀ ਲੈਣਾ ਚਾਹੁੰਦਾ ਇਸ ਬੋਡੀ ਬਾਰੇ ਆਪਾਂ ਪਹਿਲਾਂ ਡਿਸਕਸ ਕਰਦੇ ਹਾਂ ਤੇ ਪਹਿਲਾਂ ਚੰਗੀ ਤਰ੍ਹਾਂ ਇਸ ਬੋਡੀ ਬਾਰੇ ਨੂੰ ਤੁਸੀਂ ਸਮਝੋ ਤੇ ਫਿਰ ਇਸ ਕੁਐਸਚਨ ਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਕਰੋ ਤੇ ਇੱਥੋਂ ਪਤਾ ਲੱਗਦਾ ਹੁਣ ਵੀ ਇਹ ਜਿਹੜੀਆਂ ਬੋਡੀਜ਼ ਹੁੰਦੀਆਂ ਨੇ ਕਈ ਬੋਡੀਜ਼ ਤਾਂ ਆਪਾਂ ਸਕਿਪ ਕਰ ਦਿੰਦੇ ਹਾਂ ਜਿਵੇਂ ਕਿ ਮੈਂ ਤਾਂ ਹੀ ਜਿਹੜੀਆਂ ਇਹ ਬੋਡੀਜ਼ ਨੇ ਕਨਸਟੀਟਿਊਸ਼ਨ ਬੋਡੀ ਸਟੈਚੂਟਰੀ ਬੋਡੀ ਐਗਜ਼ੈਕਟਿਵ ਬੋਡੀ ਬੜੀ ਡਿਟੇਲ ਦੇ ਵਿੱਚ ਪੜ੍ਹਾ ਰਿਹਾ ਕਿਉਂਕਿ ਇਹ ਉਹ ਚੀਜ਼ਾਂ ਨੇ ਜਿਹੜੀ ਆਮ ਯੂਟਿਊਬਰਸ ਸਕਿਪ ਕਰ ਦਿੰਦੇ ਨੇਗੇ ਤੇ ਇਹਨਾਂ ਦੀ ਕੰਪੋਜੀਸ਼ਨ ਕਾਫੀ ਇੰਪੋਰਟੈਂਟ ਹੁੰਦੀ ਹੈ ਜਿਹਦੇ ਵਿੱਚੋਂ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੁਣ ਜਿਹੜੇ ਵੀ ਬੱਚੇ ਇਸ PPSC ਦੇ ਐਗਜ਼ਾਮ ਦੇ ਵਿੱਚ ਬੈਠੇ ਸੀਗੇ ਫੋਰੈਸਟ ਵਾਲੇ ਐਗਜ਼ਾਮ ਦੇ ਵਿੱਚ ਉਹਨਾਂ 'ਚੋਂ ਕਈ ਬੱਚਿਆਂ ਨੂੰ ਤਾਂ ਇਸ ਬੋਡੀ ਬਾਰੇ ਪਤਾ ਹੀ ਨਹੀਂ ਸੀਗਾ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਕੀ ਹੁੰਦੀ ਹੈ ਜ਼ਿਆਦਾਤਰ ਛੋਟੇ ਐਗਜ਼ਾਮ ਦੇ ਵਿੱਚ ਕੁਐਸਚਨ ਇਹ ਆਇਆ ਹੁੰਦਾ ਵੀ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਇਹ ਬੋਡੀ ਕਦੋਂ ਸਥਾਪਿਤ ਕੀਤੀ ਗਈ ਸੀ ਤੇ ਬੱਚਿਆਂ ਦੀ ਜਿਹੜੀ ਸੋਚ ਦਾ ਦਾਇਰਾ ਹੁੰਦਾ ਉੱਥੇ ਹੀ ਸੀਮਿਤ ਹੋ ਕੇ ਰਹਿ ਜਾਂਦਾ ਵੀ ਆਹ ਸਾਲ ਦੇ ਵਿੱਚ ਇਹ ਬੋਡੀ ਸਥਾਪਿਤ ਹੋਈ ਸੀ ਇਹ ਬੋਡੀ ਹੈਗੀ ਕੀ ਹੈ ਇਹਦਾ ਕੰਮ ਕੀ ਹੈਗਾ ਉਹ ਆਪਾਂ ਅਕਸਰ ਪੜ੍ਹਨ ਦੇ ਵਿੱਚ ਸੰਕੋਚ ਕਰ ਜਾਂਦੇ ਤੇ ਇਹਦੀ ਕੰਪੋਜੀਸ਼ਨ ਪੁੱਛ ਲਈ ਹੁਣ ਕਈ ਬੱਚਿਆਂ ਨੂੰ ਨਹੀਂ ਸਟ੍ਰਾਈਕ ਕੀਤਾ ਵੀ ਇਹਦੇ ਵਿੱਚ ਕੌਣ ਕੌਣ ਹੁੰਦਾ ਹੈ ਸੋ ਉਦੋਂ ਫਿਰ ਥੋੜ੍ਹਾ ਜਿਹਾ ਆਪਦੇ ਆਪ ਨੂੰ ਗਲਤ ਫੀਲ ਹੁੰਦਾ ਹੈਗਾ ਸੋ ਤਾਂ ਕਰਕੇ ਦੇਖੋ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਸੁਣਿਆ ਕਰੋ ਇਹਦੇ ਵਿੱਚੋਂ ਇਹ ਮੈਂ ਗਰੰਟੀ ਦਿੰਦਾ ਪੋਲਿਟੀ ਜਿਹੜਾ ਵੀ ਸਬਜੈਕਟ ਮੈਂ ਤੁਹਾਨੂੰ ਪੜ੍ਹਾਊਂਗਾ ਘੱਟੋ ਘੱਟ PPSC ਦਾ ਉਹਦੇ ਦਾਇਰੇ ਤੋਂ ਬਾਹਰ ਕੋਈ ਵੀ ਸਵਾਲ ਨਹੀਂ ਹੁੰਦਾ ਇਨਫੈਕਟ ਤੁਸੀਂ UPSC ਦੇ ਪ੍ਰੀਲਮੀ ਐਗਜ਼ਾਮ ਤੱਕ ਪੂਰੇ ਕੌਨਫੀਡੈਂਟ ਹੋ ਕੇ ਬੈਠ ਸਕਦੇ ਹੋਗੇ ਇਹਨਾਂ ਵੀਡੀਓਜ਼ ਨੂੰ ਸੁਣ ਕੇ ਸੋ ਧਿਆਨ ਨਾਲ ਸੁਣਿਆ ਕਰੋ ਮੇਰੀ ਵੀ ਬਹੁਤ ਮਿਹਨਤ ਲੱਗਦੀ ਹੈ ਇਸ ਹਰੇਕ ਸਬਜੈਕਟ ਜਿਹੜਾ ਤੁਹਾਡੇ ਅੱਗੇ ਮੈਂ ਤਿਆਰ ਕਰ ਰਿਹਾ ਹੈਗਾ ਪਹਿਲਾਂ ਪੋਲਿਟੀ ਬਸ ਖਤਮ ਕਰਾਂਗੇ ਅੱਧੀ ਕੁ ਪੋਲਿਟੀ ਤਾਂ ਆਪਣੀ ਬਸ ਹੁਣ ਲਗਭਗ ਖਤਮ ਹੋ ਗਈ ਇਸ ਤੋਂ ਬਾਅਦ ਆਪਾਂ ਕੋਈ ਹੋਰ ਸਬਜੈਕਟ ਛੇੜ ਲਾਂਗੇ ਜਿਵੇਂ ਕਿ ਮਾਡਰਨ ਹਿਸਟਰੀ ਠੀਕ ਹੈ ਸੋ ਇੱਦਾਂ ਕਰਦੇ ਕਰਦੇ ਪਿਆਰ ਨਾਲ ਸਲੀਕੇ ਨਾਲ ਇਹ ਆਪਦੀ ਇਮਾਨਦਾਰੀ ਦੇ ਨਾਲ ਪੜ੍ਹਿਆ ਕਰੋ ਠੀਕ ਹੈ ਲੈਕਚਰ ਸਕਿਪ ਨਾ ਕਰਿਆ ਕਰੋ ਤੁਹਾਡਾ ਹੀ ਫਾਇਦਾ ਸੋ ਇਸ ਕੁਐਸਚਨ ਆਨਸਰ ਤੁਸੀਂ ਹੀ ਕਰਿਓ ਕਮੈਂਟ ਬਾਕਸ ਦੇ ਵਿੱਚ ਆਪਾਂ ਇਸ ਬੋਡੀ ਬਾਰੇ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ August 1952 ਦੇ ਵਿੱਚ ਇਸ ਬੋਡੀ ਨੂੰ ਸਥਾਪਿਤ ਕੀਤਾ ਗਿਆ ਸੀ ਸਿੱਧਾ ਪੇਪਰ ਦੇ ਵਿੱਚ ਛੋਟੇ ਪੇਪਰ ਦੇ ਵਿੱਚ ਕੁਐਸਚਨ ਆਉਣਾ ਹੁੰਦਾ ਵੀ ਇਹ ਬੋਡੀ ਕਦੋਂ ਸਥਾਪਿਤ ਕੀਤੀ ਗਈ ਸੀ ਫਾਈਨੈਂਸ ਕਮਿਸ਼ਨ ਪਹਿਲਾ ਫਾਈਨੈਂਸ ਕਮਿਸ਼ਨ ਕਦੋਂ ਆਪਣਾ ਲਾਗੂ ਹੋਇਆ ਸੀਗਾ ਕੰਸਟੀਟਿਊਟ ਕੀਤਾ ਗਿਆ ਸੀਗਾ ਇਹ ਬੋਡੀ ਜਿਹੜੇ ਈਅਰਸ ਹੁੰਦੇ ਨੇ ਇੰਪੋਰਟੈਂਟ ਹੁੰਦੇ ਨੇਗੇ ਛੋਟੇ ਐਗਜ਼ਾਮ ਦੇ ਲਿਹਾਜ਼ ਤੋਂ ਸੋ ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਸੋ ਇਸ ਬੋਡੀ ਨੂੰ ਵੀ ਐਗਜ਼ੈਕਟਿਵ ਰੈਜ਼ੋਲੂਸ਼ਨ ਦੁਆਰਾ ਪਾਸ ਕਰਵਾਇਆ ਗਿਆ ਸੀਗਾ ਰਾਸ਼ਟਰਪਤੀ ਦੀ ਘੁੱਗੀ ਮਰਵਾਈ ਗਈ ਸੀਗੀ ਔਨ ਦਾ ਰਿਕਮੈਂਡੇਸ਼ਨ ਆਫ ਜਿਹੜਾ ਫਸਟ 5-year ਪਲਾਨ ਦਾ ਡਰਾਫਟ ਸੀਗਾ ਉਹਦੇ ਰਿਕਮੈਂਡੇਸ਼ਨ ਦੇ ਆਧਾਰ ਤੇ ਇਸ ਬੋਡੀ ਨੂੰ ਸਥਾਪਿਤ ਕੀਤਾ ਗਿਆ ਸੀ ਸੋ ਇਹ ਬੋਡੀ ਵੀ ਨਾ ਤਾਂ ਕਨਸਟੀਟਿਊਸ਼ਨ ਬੋਡੀ ਹੈ ਨਾ ਸਟੈਚੂਟਰੀ ਬੋਡੀ ਹੈਗੀ ਇਹਦੀ ਬੋਡੀ ਦੀ ਕੰਪੋਜੀਸ਼ਨ ਬਾਰੇ ਆਪਾਂ ਗੱਲ ਕਰੀਏ ਤਾਂ ਇਸ ਬੋਡੀ ਦਾ ਜਿਹੜਾ ਚੇਅਰਮੈਨ ਹੁੰਦਾ ਹੈਗਾ ਤੇ ਇਸ ਬੋਡੀ ਦਾ ਹੈੱਡ ਹੁੰਦਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈਗਾ ਤੇ ਜਿਹੜੇ ਯੂਨੀਅਨ ਮੰਤਰੀ ਹੁੰਦੇ ਨੇ ਕੈਬਨਿਟ ਮੰਤਰੀ ਹੁੰਦੇ ਨੇਗੇ ਕੇਂਦਰ ਸਰਕਾਰ ਦੇ ਮੰਤਰੀ ਹੁੰਦੇ ਨੇਗੇ ਉਹ ਇਸ ਬੋਡੀ ਦੇ ਮੈਂਬਰ ਹੁੰਦੇ ਨੇਗੇ ਇਹ ਚੀਜ਼ ਪਹਿਲਾਂ ਤੋਂ ਨਹੀਂ ਹੁੰਦੀ ਸੀ 1967 ਤੋਂ ਬਾਅਦ 1967 ਤੋਂ ਬਾਅਦ ਯੂਨੀਅਨ ਕੈਬਨਿਟ ਮਿਨਿਸਟਰ ਨੂੰ ਵੀ ਇਸ ਬੋਡੀ ਦੀ ਮੈਂਬਰਸ਼ਿਪ ਦੇ ਵਿੱਚ ਇੰਕਲੂਡ ਕਰ ਦਿੱਤਾ ਗਿਆ ਫਿਰ ਜਿਹੜੀਆਂ ਵੱਖੋ ਵੱਖਰੀਆਂ ਸਟੇਟਾਂ ਨੇ ਉਹਨਾਂ ਦੇ ਮੁੱਖ ਮੰਤਰੀ ਯਾਨੀ ਕਿ ਚੀਫ ਮਿਨਿਸਟਰ ਹੋ ਗਏ ਵੱਖੋ ਵੱਖਰੀਆਂ ਜਿਹੜੇ ਯੂਟੀਜ਼ ਹੋ ਗਈਆਂ ਉਹਨਾਂ ਦੇ ਐਡਮਿਨਿਸਟ੍ਰੇਟਰਸ ਹੋ ਗਏ ਜਾਂ ਜਿਹੜੇ ਯੂਟੀਜ਼ ਦੇ ਵਿੱਚ ਵਿਧਾਨ ਸਭਾ ਉਹਨਾਂ ਯੂਟੀਜ਼ ਦੇ ਜਿਹੜੇ ਮੁੱਖ ਮੰਤਰੀ ਹੈ ਚੀਫ ਮਿਨਿਸਟਰ ਜਿਵੇਂ ਕਿ ਦਿੱਲੀ ਤੇ ਪੌਂਡੂਚੇਰੀ ਦੇ ਮੁੱਖ ਮੰਤਰੀ ਨੇ ਉਹ ਇਸ ਬੋਡੀ ਦਾ ਮੈਂਬਰ ਨੇਗੇ ਇਸ ਬੋਡੀ ਦਾ ਪਾਰਟ ਨੇ ਤੇ ਲਾਸਟ ਦੇ ਵਿੱਚ ਜਿਹੜੇ ਪਲੈਨਿੰਗ ਕਮਿਸ਼ਨ ਦੇ ਮੈਂਬਰ ਨੇ ਉਹ ਇਸ ਬੋਡੀ ਦੇ ਵੀ ਮੈਂਬਰ ਨੇ ਸੋ ਇਸ ਬੋਡੀ ਦੀ ਕੰਪੋਜੀਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਤੇ ਜਿਹੜਾ ਪਲੈਨਿੰਗ ਕਮਿਸ਼ਨ ਦਾ ਸੈਕਟਰ ਹੁੰਦਾ ਪਿਛਲੇ ਲੈਕਚਰ ਵਿੱਚ ਆਪਾਂ ਤੁਹਾਨੂੰ ਪੜ੍ਹਿਆ ਸੀਗਾ ਉਸ ਪਲੈਨਿੰਗ ਕਮਿਸ਼ਨ ਦੀ ਕੰਪੋਜੀਸ਼ਨ ਬਾਰੇ ਸੋ ਉਸ ਪਲੈਨਿੰਗ ਕਮਿਸ਼ਨ ਦਾ ਸੈਕਟਰ ਹੁੰਦਾ ਉਹੀ NDC ਦਾ ਸੈਕਟਰ ਹੁੰਦਾ ਹੁਣ ਇਸ ਬੋਡੀ ਦਾ ਜਿਹੜਾ ਕੰਮ ਹੁੰਦਾ ਉਹ ਆਪਾਂ ਅੱਗੇ ਵੀ ਪੜ੍ਹਨਾ ਤੇ ਇੱਥੇ ਵੀ ਇੱਕ ਮਾੜਾ ਜਿਹਾ ਆਈਡੀਆ ਲੈ ਲਓ ਜਿਹੜਾ ਪਲੈਨਿੰਗ ਕਮਿਸ਼ਨ ਦਾ ਐਡਮਿਨਿਸਟ੍ਰੇਟਿਵ ਵਰਕ ਹੁੰਦਾ ਹੈ ਜਿਹੜਾ ਪ੍ਰਸ਼ਾਸਨਿਕ ਕੰਮਕਾਰ ਹੁੰਦਾ ਹੈਗਾ ਪਲੈਨਿੰਗ ਕਮਿਸ਼ਨ ਦਾ ਉਸ ਕੰਮਕਾਰ ਨੂੰ ਸਾਂਭਣ ਦਾ ਜਿਹੜਾ ਜ਼ਿੰਮੇਵਾਰੀ ਸੀ ਉਹ NDC ਦੀ ਸੀ ਤੇ ਹੋਰ ਵੀ ਜਿਹੜੀ ਅਸਿਸਟੈਂਸ ਦੇਣੀ ਹੈਗੀ ਪਲੈਨਿੰਗ ਕਮਿਸ਼ਨ ਨੂੰ ਉਹਦੇ ਕੰਮ ਦੇ ਵਿੱਚ ਉਹ ਦੇਣ ਦਾ ਕੰਮ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਦੁਆਰਾ ਕੀਤਾ ਜਾਂਦਾ ਸੀ ਇਸ ਬੋਡੀ ਦੇ ਓਬਜੈਕਟਿਵ ਕੀ ਨੇ ਕਿਹੜੇ ਓਬਜੈਕਟਿਵ ਨੂੰ ਮੁੱਖ ਰੱਖਦੇ ਹੋਏ ਇਸ ਬੋਡੀ ਨੂੰ ਸਥਾਪਿਤ ਕੀਤਾ ਗਿਆ ਸੀ ਤਾਂ ਸਭ ਤੋਂ ਪਹਿਲਾਂ ਜਿਹੜਾ ਵੀ 5-year ਪਲਾਨ ਹੈ ਉਹਦੇ ਵਿੱਚ ਇਸ ਬੋਡੀ ਦਾ ਬਹੁਤ ਹੀ ਮਹੱਤਵਪੂਰਨ ਰੋਲ ਸੀ
ਉਸ ਪਲਾਨ ਨੂੰ ਪ੍ਰੋਪਰਲੀ ਐਗਜ਼ੀਕਿਊਟ ਕੀਤਾ ਹੋਵੇ, ਸਟੇਟਸ ਦੇ ਨਾਲ ਕੋਆਪਰੇਟ ਕਰਕੇ ਉਸ ਚੀਜ਼ ਨੂੰ ਸਿਕਿਓਰ ਕਰਨਾ, ਠੀਕ ਹੈ, ਇਸ ਚੀਜ਼ ਦਾ, ਇਸ ਬੋਡੀ ਦਾ ਕੰਮ ਸੀ। ਉਸ ਤੋਂ ਇਲਾਵਾ ਆਪਣੇ ਦੇਸ਼ ਦੇ ਵਿੱਚ ਜਿਹੜੇ ਵੀ ਰਿਸੋਰਸਿਸ ਨੇਗੇ ਉਹਨਾਂ ਨੂੰ ਪਤਾ ਲਗਾਉਣਾ ਵੀ ਕਿੱਥੇ ਕਿੱਥੇ ਕਿਹੜੇ ਰਿਸੋਰਸਿਸ ਨੇ, ਉਹਨਾਂ ਨੂੰ ਸਟਰੈਂਥਨ ਕਰਨਾ ਤੇ ਇਹੋ ਜਿਹੇ ਐਫਰਟਸ ਨੂੰ ਹੋਰ ਅੱਗੇ ਲੈ ਕੇ ਜਾਣਾ ਜਿਹਦੇ ਨਾਲ ਜਿਹੜਾ ਨੈਸ਼ਨਲ ਪਲਾਨ ਹੈ ਉਹਨੂੰ ਹੋਰ ਵੀ ਜ਼ਿਆਦਾ ਸਪੋਰਟ ਮਿਲ ਸਕੇ। ਉਸ ਤੋਂ ਇਲਾਵਾ ਜਿਹੜੇ ਵੀ ਇਕਨੋਮਿਕ ਪਾਲਿਸੀਜ਼ ਨੇ, ਕਾਮਨ ਇਕਨੋਮਿਕ ਪਾਲਿਸੀ ਨੇ, ਉਹਨਾਂ ਨੂੰ ਹਰੇਕ ਵਾਈਟਲ ਸਫੀਅਰ ਦੇ ਵਿੱਚ ਪ੍ਰਮੋਟ ਕਰਨਾ ਤਾਂ ਕਿ ਆਪਣੇ ਦੇਸ਼ ਦੀ ਜਿਹੜੀ ਬੈਲੈਂਸਡ ਤੇ ਰੈਪਿਡ ਡਿਵੈਲਪਮੈਂਟ ਹੋ ਸਕੇ, ਠੀਕ ਹੈ, ਇਹ ਚੀਜ਼ ਨੂੰ ਇਨਸ਼ੋਰ ਕਰਨਾ, ਇਹ ਸਾਰੇ ਓਬਜੈਕਟਿਵ ਨੇ ਇਸ ਬੋਡੀ ਦੇ। ਹੁਣ ਇਸ ਬੋਡੀ ਦੇ ਫੰਕਸ਼ਨ ਕੀ ਨੇ ਇਹ ਵੀ ਆਪਾਂ ਪੜ੍ਹ ਲੈਣਾ। ਤਾਂ ਮੈਂ ਤੁਹਾਨੂੰ ਪਿੱਛੇ ਦੱਸਿਆ ਵੀ ਜਿਹੜਾ ਨੈਸ਼ਨਲ 5-year ਪਲਾਨ ਹੁੰਦਾ ਸੀਗਾ, ਹੁਣ ਤਾਂ 5-year ਪਲਾਨ ਬੰਦ ਕਰਤੇ, ਪਹਿਲਾਂ ਜਦੋਂ 5-year ਪਲਾਨ ਹੁੰਦੇ ਸੀਗੇ ਉਸ ਪਲਾਨ ਨੂੰ ਐਗਜ਼ੀਕਿਊਟ ਕਰਨ ਦੇ ਵਿੱਚ ਇਸ ਬੋਡੀ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਸੀ। ਅੱਗੇ ਮੈਂ ਤੁਹਾਨੂੰ ਇੱਕ ਚਾਰਟ ਦੇ ਵਿੱਚ ਵੀ ਸਮਝਾਉਂਗਾ, ਉਹ ਚਾਰਟ ਦੇ ਵਿੱਚੋਂ ਵੀ ਕੁਐਸਚਨ ਪੁੱਛਿਆ ਜਾਂਦਾ। ਤਾਂ ਸਭ ਤੋਂ ਪਹਿਲਾਂ ਜਿਹੜਾ 5-year ਪਲਾਨ ਹੁੰਦਾ ਉਹਨੂੰ ਪ੍ਰਿਪੇਅਰ ਕਰਨ ਦੇ ਵਿੱਚ ਇਸ ਬੋਡੀ ਦਾ ਰੋਲ ਹੁੰਦਾ ਹੈਗਾ, ਉਹਨੂੰ ਕੰਸੀਡਰ ਕਰਨਾ। 5-year ਪਲਾਨ ਜਦੋਂ ਪਲੈਨਿੰਗ ਕਮਿਸ਼ਨ ਦੁਆਰਾ ਤਿਆਰ ਕੀਤਾ ਜਾਂਦਾ ਉਹ ਇੱਕ ਪ੍ਰੋਸੀਜਰ ਹੁੰਦਾ ਹੈ ਵੀ ਪਲੈਨਿੰਗ ਕਮਿਸ਼ਨ ਤੋਂ ਬਾਅਦ ਉਹ 5-year ਪਲਾਨ ਕਿਹਦੇ ਕੋਲ ਜਾਊਗਾ ਅਪਰੂਵਲ ਦੇ ਲਈ, ਫਿਰ ਉਹ ਕਿਹਦੇ ਕੋਲ ਜਾਊਗਾ ਅਪਰੂਵਲ ਦੇ ਲਈ, ਤੇ ਫਿਰ ਉਹ ਕਦੋਂ ਜਾ ਕੇ ਗੈਜ਼ਟ ਨੋਟੀਫਿਕੇਸ਼ਨ ਦੇ ਵਿੱਚ ਪਬਲਿਸ਼ ਹੋਊਗਾ। ਸੋ ਇਹ ਪ੍ਰੋਪਰ ਪ੍ਰੋਸੀਜਰ ਹੁੰਦਾ ਹੈਗਾ, ਉਹ ਤੁਹਾਨੂੰ ਮੈਂ ਅੱਗੇ ਦਿਖਾਉਣਾ ਉਸ ਚਾਰਟ ਦੇ ਵਿੱਚ। ਤੇ ਉਸ ਤੋਂ ਇਲਾਵਾ ਇਹਦਾ ਫੰਕਸ਼ਨ ਕੀ ਹੈਗਾ, ਇਹ ਅਸੈਸਮੈਂਟ ਕਰਨੀ ਵੀ ਜਿਹੜੇ ਦੇਸ਼ ਦੇ ਵਿੱਚ ਰਿਸੋਰਸਿਸ ਨੇਗੇ ਉਹਨਾਂ ਨੂੰ ਅਸੈਸ ਕਰਨਾ ਵੀ ਕਿਹੜੇ ਕਿਹੜੇ ਰਿਸੋਰਸਿਸ ਨੇ ਜਿਵੇਂ ਪਿੱਛੇ ਮੈਂ ਤੁਹਾਨੂੰ ਦੱਸਿਆ ਹੈਗਾ, ਤੇ ਵੇਰੀਅਸ ਜਿਹੜੇ ਮੈਥਡਸ ਨੇ ਸੁਜੈਸਟ ਕਰਨੇ ਤਾਂ ਕਿ ਉਹਨਾਂ ਰਿਸੋਰਸਿਸ ਦੇ ਵਿੱਚ ਹੋਰ ਵਾਧਾ ਕਰਿਆ ਜਾ ਸਕੇ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਆਗਮੈਂਟ ਕਹਿ ਦਿੰਦੇ। ਤੇ ਉਸ ਤੋਂ ਇਲਾਵਾ ਇਹ ਵੀ ਕੁਐਸਚਨਸ ਨੂੰ, ਇੰਪੋਰਟੈਂਟ ਕੁਐਸਚਨਸ ਨੂੰ ਕੰਸੀਡਰ ਕਰਨਾ ਜਿਹੜੇ ਕਿ ਦੇਸ਼ ਦੀ ਸੋਸ਼ਲ ਤੇ ਇਕਨੋਮਿਕ ਪਾਲਿਸੀ ਨੂੰ ਅਫੈਕਟ ਕਰਦੇ ਨੇ, ਨੈਸ਼ਨਲ ਡਿਵੈਲਪਮੈਂਟ ਨੂੰ ਅਫੈਕਟ ਕਰਦੇ ਨੇ। ਤੇ ਜਿਹੜਾ 5-year ਜਿਹੜਾ ਨੈਸ਼ਨਲ 5-year ਪਲਾਨ ਸੀਗਾ ਉਹਨੂੰ ਟਾਈਮ ਟੂ ਟਾਈਮ ਰਿਵਾਈਵ ਕਰਨਾ ਹੈਗਾ ਇਸ ਬੋਡੀ ਦਾ ਕੰਮ ਸੀਗਾ। ਤੇ ਹੋਰ ਬਾਕੀ ਜਿਹੜਾ ਰਹਿ ਗਿਆ ਤੁਸੀਂ ਇਸ ਫੀਚਰ ਦੇ ਵਿੱਚ ਪੜ੍ਹ ਸਕਦੇ ਹੋ ਇਸ ਬੋਡੀ ਦੇ ਫੰਕਸ਼ਨ ਦੇ ਵਿੱਚੋਂ, ਬਿਲਕੁਲ ਈਜ਼ੀ ਲੈਂਗੁਏਜ ਦੇ ਵਿੱਚ ਦੇਖਿਆ ਨੇ। ਹੁਣ ਜਿਹੜਾ 5-year ਪਲਾਨ ਹੈ ਇਹ ਸਲਾਈਡ ਦੇ ਵਿੱਚੋਂ ਵੀ ਇੱਕ ਇੰਪੋਰਟੈਂਟ ਕੁਐਸਚਨ ਬਣਦਾ। ਇਹ ਜਿਹੜਾ 5-year ਪਲਾਨ ਹੁੰਦਾ ਸੀਗਾ ਜਿਹੜਾ ਕਿ ਪਲੈਨਿੰਗ ਕਮਿਸ਼ਨ ਦੁਆਰਾ ਪ੍ਰੀਪੇਅਰ ਕੀਤਾ ਜਾਂਦਾ ਸੀਗਾ, ਇਹਦਾ ਰੂਟ ਕੀ ਹੈ, ਇਹ ਪਹਿਲਾਂ ਪਲੈਨਿੰਗ ਕਮਿਸ਼ਨ ਤੋਂ ਕਿੱਥੇ ਕਿੱਥੇ ਜਾਂਦਾ ਹੈਗਾ ਉਹ ਸਿੱਧਾ ਕੁਐਸਚਨ ਪੇਪਰ ਦੇ ਵਿੱਚ ਆਉਣਾ ਹੁੰਦਾ ਹੈਗਾ। ਸੋ ਜਿਹੜਾ ਪਲਾਨ 5-year ਪਲਾਨ ਹੁੰਦਾ ਸੀ ਪਲੈਨਿੰਗ ਕਮਿਸ਼ਨ ਦੁਆਰਾ ਤਿਆਰ ਕੀਤਾ ਜਾਂਦਾ ਸੀ, ਸਭ ਤੋਂ ਪਹਿਲਾਂ ਉਹ ਸਬਮਿਟ ਕੀਤਾ ਜਾਂਦਾ ਸੀਗਾ ਯੂਨੀਅਨ ਕੈਬਨਿਟ ਨੂੰ। ਕੈਬਨਿਟ ਇਸ ਪਲਾਨ ਨੂੰ ਅਪਰੂਵ ਕਰਦੀ ਤੇ ਕੈਬਨਿਟ ਅੱਗੇ ਇਸ ਪਲਾਨ ਨੂੰ ਭੇਜਦੀ ਨੈਸ਼ਨਲ ਡਿਵੈਲਪਮੈਂਟ ਕੌਂਸਲ ਕੋਲ। ਹੁਣ ਇਹ ਬੋਡੀ ਕ੍ਰਿਟੀਕਲੀ ਐਨਾਲਾਈਜ਼ ਕਰਦੀ 5-year ਪਲਾਨ ਨੂੰ ਕਿੱਥੇ ਕਿੱਥੇ ਕੀ ਕਮੀ ਪੇਸ਼ੀ ਹੈ, ਠੀਕ ਹੈ। ਸੋ ਉਹ ਸਾਰਾ ਕੁਝ ਇਸ ਬੋਡੀ ਦਾ ਕੰਮ ਸੀਗਾ। ਤੇ ਫਿਰ ਇਹ ਜਿਹੜੀ ਨੈਸ਼ਨਲ ਡਿਵੈਲਪਮੈਂਟ ਕੌਂਸਲ ਸੀ ਇਹ ਉਸ ਪਲਾਨ ਨੂੰ ਜੇ ਐਕਸੈਪਟ ਕਰ ਲਏ, ਠੀਕ ਹੈ, ਵੈਸੇ ਤਾਂ ਇਸ ਬੋਡੀ ਦੀ ਜਿਹੜੀ ਰੋਲ ਹੁੰਦਾ ਉਹ ਐਡਵਾਈਜ਼ਰੀ ਹੀ ਹੁੰਦਾ ਹੈਗਾ, ਬਟ ਇਹਦੇ ਬੋਡੀ ਦੀ ਜਿਹੜੀ ਮੈਂਬਰਸ਼ਿਪ ਹੈ ਕਾਫੀ ਜ਼ਿਆਦਾ ਸਟਰੋਂਗ ਹੈ। ਕੇਂਦਰ ਦੇ ਮੰਤਰੀ ਹੋ ਗਏ, ਪ੍ਰਧਾਨ ਮੰਤਰੀ ਹੋ ਗਏ, ਸਟੇਟਾਂ ਦੇ ਮੁੱਖ ਮੰਤਰੀ ਹੋ ਗਏ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਬੋਡੀ ਦੀ ਜਿਹੜੀ ਰਿਕਮੈਂਡੇਸ਼ਨ ਹੁੰਦੀਆਂ ਸੀ ਉਹ ਐਕਸੈਪਟ ਕਰ ਲਿੱਤੀ ਜਾਂਦੀ ਸੀਗਾ। ਸੋ ਇਹਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਸੀਗਾ, ਰੋਲ ਸੀਗਾ ਇਸ 5-year ਪਲਾਨ ਦੀ ਪ੍ਰੋਪਰ ਐਗਜ਼ੀਕਿਊਸ਼ਨ ਦੇ ਵਿੱਚ। ਸੋ ਐਨਡੀਸੀ ਕੋਲ ਜਦੋਂ 5-year ਪਲਾਨ ਜਾਂਦਾ ਸੀ ਉਹ ਐਕਸੈਪਟ ਕਰ ਲੈਂਦੇ ਸੀ, ਤੇ ਅੱਗੇ ਫਿਰ ਜਿਹੜਾ ਉਹ 5-year ਪਲਾਨ ਹੁੰਦਾ ਸੀ ਉਹ ਪਾਰਲੀਮੈਂਟ ਦੇ ਅੱਗੇ ਪੇਸ਼ ਕੀਤਾ ਜਾਂਦਾ ਸੀ। ਹੁਣ ਪਾਰਲੀਮੈਂਟ ਤੋਂ ਜਦੋਂ ਅਪਰੂਵਲ ਮਿਲ ਗਈ ਤੇ ਫਿਰ ਉਹ ਜਿਹੜਾ ਪਲਾਨ ਹੁੰਦਾ ਸੀਗਾ ਉਹ ਅਫੀਸ਼ੀਅਲ ਪਲਾਨ ਐਜ਼ ਏ ਅਫੀਸ਼ੀਅਲ ਪਲਾਨ ਅਮਰਜ ਹੋ ਜਾਂਦਾ ਸੀ ਤੇ ਭਾਰਤ ਦਾ ਜਿਹੜਾ ਅਫੀਸ਼ੀਅਲ ਗੈਜ਼ਟ ਹੈ ਉਹਦੇ ਵਿੱਚ ਪਬਲਿਸ਼ ਹੋ ਜਾਂਦਾ ਸੀ। ਸੋ ਐਨਡੀਸੀ ਦਾ ਰੋਲ ਹੁਣ ਤੁਹਾਨੂੰ ਪਤਾ ਲੱਗ ਗਿਆ ਤੇ ਆਹ ਉਹ ਪ੍ਰੋਪਰ ਚੈਨਲ ਹੈਗਾ ਜਿਹਦੇ ਥਰੂ 5-year ਪਲਾਨ ਪਬਲਿਸ਼ ਹੁੰਦਾ ਹੈ, ਐਗਜ਼ੀਕਿਊਟ ਹੁੰਦਾ ਹੈ, ਜਿਵੇਂ ਕਿ ਸਭ ਤੋਂ ਪਹਿਲਾਂ ਇਹ ਪਲੈਨਿੰਗ ਕਮਿਸ਼ਨ ਦੁਆਰਾ ਪ੍ਰੀਪੇਅਰ ਕੀਤਾ ਜਾਂਦਾ, ਫਿਰ ਉਹ ਜਾਂਦਾ ਯੂਨੀਅਨ ਕੈਬਨਿਟ ਕੋਲ, ਫਿਰ ਜਾਂਦਾ ਜੀ ਨੈਸ਼ਨਲ ਡਿਵੈਲਪਮੈਂਟ ਕੌਂਸਲ ਕੋਲ, ਫਿਰ ਪਾਰਲੀਮੈਂਟ ਕੋਲ ਅਪਰੂਵਲ ਦੇ ਲਈ, ਤੇ ਫਾਈਨਲੀ ਉਹ ਅਫੀਸ਼ੀਅਲ ਗੈਜ਼ਟ ਦੇ ਵਿੱਚ ਪਬਲਿਸ਼ ਹੋ ਜਾਂਦਾ। ਇਹ ਰੂਟ ਨੂੰ ਰੱਟਾ ਲਾ ਲਓ, ਤੁਹਾਡੇ ਤੋਂ ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ, ਵਧੀਆ ਪੇਪਰ ਦੇ ਵਿੱਚ ਇਹ, ਇਨਫੈਕਟ ਕਿਸੇ ਮੇਰੇ ਮੇ ਬੀ UPSC ਜਾਂ ਕਿਸੇ ਹੋਰ ਐਗਜ਼ਾਮ ਦੇ ਵਿੱਚ ਇਹ ਰੂਟ ਪੁੱਛਿਆ ਹੈਗਾ ਵੀ 5-year ਪਲਾਨ ਕਿਵੇਂ ਕਿਵੇਂ ਕਿੱਥੇ ਤੱਕ ਜਾਂਦਾ ਪਾਸ ਹੋਣ ਤੋਂ ਪਹਿਲਾਂ। ਹੁਣ ਇਸ ਬੋਡੀ ਨੂੰ ਜੇ ਆਪਾਂ ਕ੍ਰਿਟੀਕਲੀ ਐਵੈਲਿਊਏਟ ਕਰੀਏ ਤਾਂ ਦੇਖੋ ਸਭ ਤੋਂ ਪਹਿਲਾਂ ਇਹ ਬੋਡੀ ਬਹੁਤ ਹੀ ਇੰਪੋਰਟੈਂਟ ਇੱਕ ਤਰ੍ਹਾਂ ਦਾ ਬ੍ਰਿਜ ਹੈ, ਇੱਕ ਤਰ੍ਹਾਂ ਦਾ ਲਿੰਕ ਹੈ ਸੈਂਟਰ ਸਰਕਾਰ ਸਟੇਟ ਸਰਕਾਰਾਂ ਦੇ ਪਲੈਨਿੰਗ ਕਮਿਸ਼ਨ ਦੇ ਵਿੱਚ ਇਨ ਫੀਲਡ ਆਫ ਪਲੈਨਿੰਗ ਤੇ ਵੇਰੀਅਸ ਜਿਹੜੇ ਪਾਲਿਸੀ ਤੇ ਪ੍ਰੋਗਰਾਮ ਸਰਕਾਰ ਦੁਆਰਾ ਲਿਆਂਦੇ ਜਾਂਦੇ ਨੇ ਉਹਨਾਂ ਨੂੰ ਪ੍ਰੋਪਰਲੀ ਐਗਜ਼ੀਕਿਊਟ ਕੀਤਾ ਹੋਵੇ ਉਸ ਚੀਜ਼ ਦੇ ਲਈ ਕੋਆਰਡੀਨੇਸ਼ਨ ਸਥਾਪਿਤ ਕਰਨ ਦਾ ਕੰਮ ਇਹ ਬੋਡੀ ਦਾ ਸੀ। ਤੇ ਇਸ ਕੰਮ ਦੇ ਵਿੱਚ ਇਹ ਬੋਡੀ ਕੁਆਇਟ ਸਕਸੈਸਫੁਲ ਵੀ ਰਹੀ ਹੈ ਤੇ ਇੱਕ ਇਹ ਬਹੁਤ ਇੰਪੋਰਟੈਂਟ ਫੋਰਮ ਰਹੇਗਾ ਸੈਂਟਰ ਸਟੇਟ ਦੇ ਡਿਸਕਸ਼ਨ ਦਾ, ਠੀਕ ਹੈ, ਜਿਹੜੇ ਕਿ ਨੈਸ਼ਨਲ ਇੰਪੋਰਟੈਂਸ ਦੇ ਮੈਟਰ ਹੁੰਦੇ ਨੇ ਉਹ ਸੈਂਟਰ ਤੇ ਸਟੇਟ ਦੇ ਨੁਮਾਇੰਦੇ ਇੱਥੇ ਆ ਕੇ ਡਿਸਕਸ ਕਰ ਸਕਦੇ ਨੇ ਤੇ ਆਪਦਾ ਯੋਗਦਾਨ ਪਾ ਸਕਦੇ ਸੀਗੇ ਜਿਹੜਾ 5-year ਪਲਾਨ ਅੱਗੇ ਜਾ ਕੇ ਐਗਜ਼ੀਕਿਊਟ ਹੋਣਾ ਸੀਗਾ। ਸੋ ਇਸ ਬੋਡੀ ਦੀ ਮਹੱਤਤਾ ਕਾਫੀ ਸੀਗੀ। ਹੁਣ ਸਭ ਤੋਂ ਇੰਪੋਰਟੈਂਟ ਕੰਮ ਜਿਹੜਾ ਕਿ ਇਸ ਬੋਡੀ ਦਾ ਸੀਗਾ, ਵੈਸੇ ਤਾਂ ਤੁਹਾਨੂੰ ਕਰੰਟ ਅਫੇਅਰ ਦੀ ਵੀਡੀਓ ਦੇ ਵਿੱਚ ਮੈਂ ਵੱਡੀ ਡਿਟੇਲ ਦੇ ਵਿੱਚ 3-4 ਵਾਰ ਸਮਝਾ ਚੁੱਕਿਆ
ਤਾਂ ਦੇਖੋ ਸਪੈਸ਼ਲ ਕੈਟਾਗਰੀ ਸਟੇਟਸ ਜਿਹੜੀਆਂ ਸਟੇਟਾਂ ਨੂੰ ਦਿੱਤਾ ਜਾਂਦਾ ਉਹ ਪਹਿਲੀਆਂ ਸਟੇਟਾਂ ਕਿਹੜੀਆਂ ਨੇ ਇਹ ਤੁਹਾਨੂੰ ਰੱਟਾ ਲੱਗਣਾ ਚਾਹੀਦਾ। ਉਸ ਤੋਂ ਬਾਅਦ ਉਸ ਸਟੇਟਸ ਮਿਲਣ ਦਾ ਫਾਇਦਾ ਕੀ ਹੈਗਾ ਉਹ ਵੀ ਆਪਾਂ ਸਮਝਾਂਗੇ, ਬਟ ਪਹਿਲਾਂ ਆਪਾਂ ਸਪੈਸ਼ਲ ਕੈਟਾਗਰੀ ਸਟੇਟਸ ਬਾਰੇ ਪੜ੍ਹ ਲਈਏ। ਤਾਂ ਦੇਖੋ ਜਿਹੜਾ ਇਹ ਡਿਸੀਜਨ ਹੁੰਦਾ ਕਿਸੇ ਸਟੇਟ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਦੇਣ ਦਾ, ਇਹ ਨੈਸ਼ਨਲ ਡਿਵੈਲਪਮੈਂਟ ਕੌਂਸਲ ਦੇ ਵਿੱਚ ਲਾਈ ਕਰਦਾ ਹੈਗਾ, ਠੀਕ ਹੈ। ਸੋ ਇਹ ਬੋਡੀ ਦੱਸਦੀ ਹੈ ਕਿਹੜੀ ਸਟੇਟ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਦੇਣਾ, ਕਿਹੜੀ ਨੂੰ ਨਹੀਂ। ਇੱਦਾਂ ਨਹੀਂ ਦੱਸਦੀ, ਪ੍ਰੋਪਰ ਕ੍ਰਾਈਟੇਰੀਆ ਹੁੰਦਾ, ਉਹ ਕ੍ਰਾਈਟੇਰੀਆ ਆਪਾਂ ਪੜ੍ਹਦੇ ਹਾਂ। ਇਨੀਸ਼ੀਅਲੀ ਤਿੰਨ ਸਟੇਟਾਂ ਕੋਲ ਇਹ ਸਟੇਟਸ ਹੁੰਦਾ ਸੀਗਾ, ਅਸਾਮ, ਨਾਗਾਲੈਂਡ ਤੇ ਜੰਮੂ ਐਂਡ ਕਸ਼ਮੀਰ, ਜੋ ਕਿ ਹੁਣ ਯੂਟੀ ਹੈਗੀ। ਬਟ ਬਾਅਦ ਦੇ ਵਿੱਚ 8 ਹੋਰ ਸਟੇਟਾਂ ਨੂੰ ਇਹ ਸਪੈਸ਼ਲ ਕੈਟਾਗਰੀ ਸਟੇਟ ਦਿੱਤਾ ਗਿਆ। ਕਿਹੜੀਆਂ ਕਿਹੜੀਆਂ? ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਾਮ, ਉੱਤਰਾਖੰਡ, ਤ੍ਰਿਪੁਰਾ, ਹਿਮਾਚਲ ਪ੍ਰਦੇਸ਼ ਤੇ ਸਿੱਕਿਮ, ਠੀਕ ਹੈ। ਨਾਰਥ ਈਸਟ ਸਟੇਟਾਂ ਤੇ ਜ਼ਿਆਦਾਤਰ ਜਿਹੜੀ ਪਹਾੜੀ ਸਟੇਟਾਂ ਨੇ ਉਹਨਾਂ ਕੋਲ ਇਹ ਸਪੈਸ਼ਲ ਕੈਟਾਗਰੀ ਸਟੇਟਸ ਹੈ। ਤੇ ਅੱਜ ਦੇ ਸਮੇਂ ਇਹ 11 ਸਟੇਟਾਂ ਕੋਲ ਹੈ ਸਪੈਸ਼ਲ ਕੈਟਾਗਰੀ ਸਟੇਟਸ। ਹੁਣ ਇਹ ਅਕਸਰ ਨਿਊਜ਼ ਦੇ ਵਿੱਚ ਰਹਿੰਦਾ ਹੁੰਦਾ ਸਪੈਸ਼ਲ ਕੈਟਾਗਰੀ ਸਟੇਟਸ ਵਾਲਾ ਜਿਹੜਾ ਇਹ ਟੌਪਿਕ ਹੈ, ਇਹਦੇ ਵਿੱਚ ਕੁਐਸਚਨ ਬਹੁਤ ਇੰਪੋਰਟੈਂਟ ਬਣਦਾ ਹੁੰਦਾ, ਕਿਉਂਕਿ ਕਈ ਸਟੇਟਾਂ ਨੇ ਉਹ ਜਿਵੇਂ ਕਿ ਆਂਧਰਾ ਪ੍ਰਦੇਸ਼ ਹੋ ਗਈ, ਉਹ ਸਪੈਸ਼ਲ ਕੈਟਾਗਰੀ ਸਟੇਟਸ ਦੀ ਮੰਗ ਕਰ ਰਹੀਆਂ ਨੇਗੀਆਂ। ਸੋ ਤਾਂ ਕਰਕੇ ਇਹ ਟੌਪਿਕ ਨਿਊਜ਼ ਦੇ ਵਿੱਚ ਆ ਜਾਂਦਾ, ਸੋ ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਸਟ੍ਰੈਸ ਦੇ ਕੇ ਪੜ੍ਹਿਓ। ਸੋ ਹੁਣ ਕਿਸੇ ਸਟੇਟ ਨੂੰ ਜੇ ਸਪੈਸ਼ਲ ਕੈਟਾਗਰੀ ਸਟੇਟਸ ਦੇਣਾ ਤਾਂ ਉਹ ਸਟੇਟ ਦੇ ਵਿੱਚ ਇਹੋ ਜਿਹਾ ਕੀ ਖਾਸ ਹੋਣਾ ਚਾਹੀਦਾ ਜਿਹੜਾ ਕਿ ਉਹਨੂੰ ਸਪੈਸ਼ਲ ਕੈਟਾਗਰੀ ਸਟੇਟ ਦਿੱਤਾ ਹੋਵੇ। ਤਾਂ ਦੇਖੋ ਜਿਹੜੀ ਉਹ ਸਟੇਟ ਹੁੰਦੀ ਹੈ, ਉਹ ਸਟੇਟ ਦੀਆਂ ਜਿਹੜੀਆਂ ਹਾਲਾਤ ਹੁੰਦੇ ਨੇਗੇ ਉਹ ਸਟੇਟ ਦਾ ਆਮ ਸਟੇਟਾਂ ਨਾਲੋਂ ਥੋੜ੍ਹੇ ਜਿਹੇ ਡਿਫਰੈਂਟ ਹੁੰਦੇ ਨੇਗੇ, ਠੀਕ ਹੈ। ਥੋੜ੍ਹੀ ਜਿਹੀ ਜ਼ਿੰਦਗੀ ਉਹਨਾਂ ਸਟੇਟਾਂ ਦੇ ਵਿੱਚ ਆਮ ਸਟੇਟਾਂ ਨਾਲੋਂ ਘੱਟ ਸਖਾਲੀ ਹੁੰਦੀ ਹੈ। ਸੋ ਕੁਝ ਕੁ ਕ੍ਰਾਈਟੇਰੀਆਜ਼ ਨੇ ਜਿਹਨਾਂ ਨੂੰ ਆਧਾਰ ਮੰਨ ਕੇ ਕਿਸੇ ਸਟੇਟ ਨੂੰ ਸਪੈਸ਼ਲ ਕੈਟਾਗਰੀ ਦਾ ਸਟੇਟਸ ਦਿੱਤਾ ਜਾਂਦਾ, ਉਹ ਆਧਾਰ ਬਹੁਤ ਇੰਪੋਰਟੈਂਟ ਨੇ, ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਤੇ ਸਭ ਤੋਂ ਪਹਿਲਾਂ ਜਿਹੜਾ ਬੇਸਿਸ ਹੈਗਾ ਕਿਸੇ ਸਟੇਟ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਦੇਣ ਦਾ, ਉਹ ਹੈ ਜੀ ਉਹ ਸਟੇਟ ਦੇ ਵਿੱਚ ਹਿਲੀ ਤੇ ਡਿਫਿਕਲਟ ਟੈਰੇਨ ਹੋਣਾ ਚਾਹੀਦਾ, ਪਹਾੜੀ ਤੇ ਖੁਰਦਰ ਰਸਤਾ ਹੋਣਾ ਚਾਹੀਦਾ। ਦੂਸਰਾ, ਲੋ ਪਾਪੂਲੇਸ਼ਨ ਡੈਂਸਿਟੀ ਹੋਣੀ ਚਾਹੀਦੀ ਹੈ ਤੇ ਟ੍ਰਾਈਬਲ ਪਾਪੂਲੇਸ਼ਨ ਕਾਫੀ ਹੱਦ ਤੱਕ ਹੋਣੀ ਚਾਹੀਦੀ, ਠੀਕ ਹੈ। ਉਸ ਸਟੇਟ ਦੀ ਜਿਹੜੀ ਪਾਪੂਲੇਸ਼ਨ ਹੈ ਉਸ ਪਾਪੂਲੇਸ਼ਨ ਦਾ ਵਧੀਆ ਸ਼ੇਅਰ ਟ੍ਰਾਈਬਲ ਲੋਕਾਂ ਨਾਲ ਹੋਣਾ ਚਾਹੀਦਾ, ਠੀਕ ਹੈ, ਜਿਹੜੇ ਟ੍ਰਾਈਬਲ ਲੋਕ ਹੁੰਦੇ ਨੇ। ਤੀਸਰਾ, ਉਸ ਸਟੇਟ ਦੀ ਜਿਹੜੀ ਲੋਕੇਸ਼ਨ ਹੁੰਦੀ ਹੈ ਉਹ ਜਿਹੜੇ ਇੰਟਰਨੈਸ਼ਨਲ ਬਾਰਡਰ ਹੋ ਗਿਆ ਆਪਣੇ ਗੁਆਂਢੀ ਕੰਟਰੀਜ਼ ਹੋ ਗਏ ਉਹਨਾਂ ਦੇ ਨਾਲ ਸਟ੍ਰੈਟੇਜਿਕ ਲੋਕੇਸ਼ਨ ਸ਼ੇਅਰ ਕਰਦੀ ਹੋਵੇ, ਜਿਵੇਂ ਕਿ ਕਈ ਸਟੇਟਾਂ ਨੇ ਨੌਰਥ ਈਸਟ ਦੀਆਂ, ਉਹਨਾਂ ਦਾ ਤਾਂ ਬਾਰਡਰ ਲੱਗਦਾ ਹੀ ਲੱਗਦਾ ਹੈਗਾ ਕਿਸੇ ਨਾ ਕਿਸੇ ਕੰਟਰੀ ਦੇ ਨਾਲ, ਜਿਵੇਂ ਕਿ ਚਾਈਨਾ ਦੇ ਨਾਲ, ਮਿਆਂਮਾਰ ਦੇ ਨਾਲ, ਤ੍ਰਿਪੁਰਾ ਤਾਂ ਇਨਫੈਕਟ ਤਿੰਨ ਦੇਸ਼ਾਂ ਦੇ ਨਾਲ, ਬੰਗਲਾਦੇਸ਼ ਦੇ ਨਾਲ, ਤਿੰਨ ਪਾਸਿਓਂ ਘਿਰਿਆ ਹੋਇਆ, ਠੀਕ ਹੈ। ਸੋ ਸਟ੍ਰੈਟੇਜਿਕ ਬਾਰਡਰ ਹੋਣਾ ਚਾਹੀਦਾ ਨੇਬਰਿੰਗ ਕੰਟਰੀ ਦੇ ਨਾਲ। ਤੇ ਚੌਥਾ, ਇਕਨੋਮਿਕ ਤੇ ਇਨਫਰਾਸਟ੍ਰਕਚਰਲੀ ਉਹ ਸਟੇਟ ਬੈਕਵਰਡ ਹੋਣੀ ਚਾਹੀਦੀ ਹੈ ਆਮ ਸਟੇਟਾਂ ਦੇ ਮੁਕਾਬਲੇ। ਤੇ ਇਸ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਉਸ ਸਟੇਟ ਨੂੰ ਸਪੈਸ਼ਲ ਕੈਟਾਗਰੀ ਸਟੇਟ ਦਾ ਦਰਜਾ ਦਿੱਤਾ ਜਾਂਦਾ। ਹੁਣ ਗੱਲ ਕਰੀਏ ਆਪਾਂ ਰਿਸੋਰਸ ਐਲੋਕੇਸ਼ਨ ਦੀ, ਤਾਂ ਜਦੋਂ ਰਿਸੋਰਸਿਸ ਸ਼ੇਅਰ ਕੀਤੇ ਜਾਂਦੇ ਨੇ ਸੈਂਟਰ ਸਰਕਾਰ ਦੁਆਰਾ ਸਟੇਟਾਂ ਨੂੰ, ਤਾਂ ਇਹ ਜਿਹੜੀਆਂ ਸਪੈਸ਼ਲ ਕੈਟਾਗਰੀ ਸਟੇਟਸ ਹੁੰਦੀਆਂ ਨੇ ਇਹ ਇੱਕ ਬੈਨੀਫੀਸ਼ੀਅਲ ਪੋਜੀਸ਼ਨ ਦੇ ਉੱਪਰ ਹੁੰਦੀਆਂ ਨੇਗੀਆਂ। ਕਿਵੇਂ? ਧਿਆਨ ਨਾਲ ਸੁਣੋ। ਅੱਗੇ ਇੱਕ ਪੰਜਵਾਂ ਫਾਈਨੈਂਸ ਕਮਿਸ਼ਨ ਦੇ ਰਿਪੋਰਟ ਦੇ ਆਧਾਰ ਨਾਲ ਇੱਕ ਫਾਰਮੂਲਾ ਫਿਕਸ ਕੀਤਾ ਗਿਆ ਸੀਗਾ ਡਿਸਟ੍ਰੀਬਿਊਸ਼ਨ ਆਫ ਰਿਸੋਰਸਿਸ ਨੂੰ ਲੈ ਕੇ ਵੇਰੀਅਸ ਸਟੇਟਾਂ ਦੇ ਵਿੱਚ। ਤੇ ਇਹ ਫਾਰਮੂਲਾ ਦਾ ਨਾਮ ਰੱਖਿਆ ਗਿਆ ਸੀਗਾ ਜਿਹੜੇ ਆਪਣੇ ਉਸ ਸਮੇਂ ਦਾ ਜਿਹੜਾ ਪਲੈਨਿੰਗ ਕਮਿਸ਼ਨ ਹੁੰਦਾ ਸੀ ਉਹਦੇ ਡਿਪਟੀ ਚੇਅਰਮੈਨ ਡਾਕਟਰ ਗਾਡਗਿਲ ਮੁਖਰਜੀ, ਇਸ ਤੋਂ ਹੀ ਗਾਡਗਿਲ ਮੁਖਰਜੀ ਬਣ ਗਿਆ। ਤੇ ਇਸ ਫਾਰਮੂਲਾ ਨੇ ਫਿਰ ਰਿਸੋਰਸ ਐਲੋਕੇਸ਼ਨ ਬਾਰੇ ਦੱਸਿਆ ਕਿਹੜੀ ਸਪੈਸ਼ਲ ਕੈਟਾਗਰੀ ਸਟੇਟਸ ਨੂੰ ਕਿੰਨਾ ਕੁ ਲਾਭ ਮਿਲਣਾ ਚਾਹੀਦਾ ਤੇ ਨੋਨ ਸਪੈਸ਼ਲ ਕੈਟਾਗਰੀ ਸਟੇਟਸ ਦੇ ਵਿੱਚ ਜਿਹੜੇ ਇਹ ਰਿਸੋਰਸਿਸ ਨੇ ਇਹ ਕਿਹੜੇ ਆਧਾਰ ਤੇ ਐਲੋਕੇਟ ਕਰਨੇ ਨੇ, ਜਿਵੇਂ ਕਿ ਪਾਪੂਲੇਸ਼ਨ 60% ਵੇਟੇਜ ਰੱਖਦੀ ਹੈਗੀ, ਪਰ ਕੈਪੀਟਾ ਇਨਕਮ 25% ਵੇਟੇਜ ਰੱਖਦੀ ਹੈ, ਫਿਸਕਲ ਪਰਫਾਰਮੈਂਸ 7.5%, ਤੇ ਸਪੈਸ਼ਲ ਪ੍ਰੋਬਲਮਸ ਇਹ ਵੀ 7.5%। ਇਹ ਸਾਰੇ ਕ੍ਰਾਈਟੇਰੀਆਜ਼ ਨੇ ਨੋਨ ਸਪੈਸ਼ਲ ਕੈਟਾਗਰੀ ਸਟੇਟਸ ਦੇ। ਹੁਣ ਜੇ ਆਪਾਂ ਸਪੈਸ਼ਲ ਕੈਟਾਗਰੀ ਸਟੇਟਸ ਦੀ ਗੱਲ ਕਰੀਏ ਤਾਂ ਸੈਂਟਰ ਸਰਕਾਰ ਦੁਆਰਾ ਜਿੰਨੀ ਵੀ ਅਸਿਸਟੈਂਸ ਦਿੱਤੀ ਜਾਂਦੀ ਹੈ ਸਟੇਟਾਂ ਨੂੰ, ਗ੍ਰਾਂਟ ਦਿੱਤੀ, ਫਾਈਨੈਂਸ਼ੀਅਲ ਅਸਿਸਟੈਂਸ ਜਿੰਨੀ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ, ਉਸ ਅਸਿਸਟੈਂਸ ਦਾ ਸਿੱਧਾ 30% ਪੈਸਾ ਇਹਨਾਂ ਸਪੈਸ਼ਲ ਕੈਟਾਗਰੀ ਸਟੇਟਸ ਦੇ ਵਿੱਚ ਸਟੇਟਸ ਦੇ ਵਿੱਚ ਸ਼ੇਅਰ ਕੀਤਾ ਜਾਂਦਾ, ਤੇ ਬਾਕੀ ਦਾ ਜਿਹੜਾ 70% ਪੈਸਾ ਉਹ ਬਾਕੀ ਦੇ ਸਟੇਟਾਂ ਦੇ ਵਿੱਚ ਵੰਡਿਆ ਜਾਂਦਾ। ਹੁਣ ਤੁਸੀਂ ਸਮਝ ਸਕਦੇ ਹੋ ਵੀ ਕਿੰਨਾ ਜ਼ਿਆਦਾ ਬੈਨੀਫੀਸ਼ੀਅਲ ਪੁਆਇੰਟ ਦੇ ਉੱਪਰ ਹੁੰਦੀਆਂ ਨੇ ਇਹ ਸਪੈਸ਼ਲ ਕੈਟਾਗਰੀ ਸਟੇਟਸ, ਤਾਂ ਕਿ ਇਹਨਾਂ ਸਟੇਟਾਂ ਦੀ ਡਿਵੈਲਪਮੈਂਟ ਹੋ ਸਕੇ ਬਾਕੀ ਸਟੇਟਾਂ ਦੇ ਮੁਕਾਬਲੇ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਅੱਗੇ ਆ ਸਕਣ, ਠੀਕ ਹੈ। ਸੋ ਦੂਸਰਾ, ਹੁਣ ਕੋਈ ਵੀ ਸੈਂਟਰਲੀ ਸਪੋਂਸਰ ਸਕੀਮ ਹੈ, ਹੁਣ ਸੈਂਟਰ ਸਪੋਂਸਰ ਸਕੀਮ ਉਹ ਹੁੰਦੀ ਹੈ ਜਿਹਦੇ ਵਿੱਚ ਕੁਝ ਕੁ ਪੈਸਾ ਸੈਂਟਰ ਸਰਕਾਰ ਦੇ ਦੁਆਰਾ ਦਿੱਤਾ ਜਾਂਦਾ ਤੇ ਬਾਕੀ ਪੈਸਾ ਸਟੇਟ ਸਰਕਾਰ ਦੁਆਰਾ ਦਿੱਤਾ ਜਾਂਦਾ। ਉਸ ਸਕੀਮਾਂ ਦੇ ਵਿੱਚ ਵੀ ਇਹ ਸਪੈਸ਼ਲ ਕੈਟਾਗਰੀ ਸਟੇਟਸ ਇੱਕ ਬੈਨੀਫੀਸ਼ੀਅਲ ਪੁਆਇੰਟ ਦੇ ਉੱਪਰ ਹੁੰਦੀ ਹੈ, ਜਿਵੇਂ ਕਿ ਆਮ ਸਟੇਟ ਹੁੰਦੀ ਹੈ ਜਿਹੜੀ, ਫਰਜ਼ ਕਰੋ ਕੋਈ ਸੈਂਟਰਲ ਸਪੋਂਸਰ ਸਕੀਮ ਹੈ, ਬਥੇਰੀਆਂ ਸੈਂਟਰਲ ਸਪੋਂਸਰ ਸਕੀਮਾਂ ਨੇ, ਤੁਸੀਂ ਮੈਨੂੰ 2-4 ਸਕੀਮਾਂ ਦੇ ਨਾਮ ਵੀ ਦੱਸ ਸਕਦੇ ਹੋ ਜਿਹੜੀ ਕਿ ਸੈਂਟਰਲੀ ਸਪੋਂਸਰ ਨੇ।
ਉਹਨਾਂ ਦੇ ਵਿੱਚ ਫਰਜ਼ ਕਰੋ ਜੇ ਪੰਜਾਬ ਦੇ ਉਹ ਸਕੀਮ ਲਾਗੂ ਕਰਾਉਣੀ ਹੈ ਤਾਂ 60% ਪੈਸਾ ਉਸ ਸਕੀਮ ਦਾ ਸੈਂਟਰ ਸਰਕਾਰ ਦੁਆਰਾ ਦਿੱਤਾ ਜਾਂਦਾ ਹੈ ਜੇ ਪੰਜਾਬ ਦੀ ਗੱਲ ਕਰ ਰਹੇ ਹਾਂ ਕਿਉਂਕਿ ਪੰਜਾਬ ਕੋਲ ਸਪੈਸ਼ਲ ਕੈਟਾਗਰੀ ਸਟੇਟਸ ਨਹੀਂ ਹੈਗਾ ਤੇ 40% ਪੈਸਾ ਪੰਜਾਬ ਸਰਕਾਰ ਉਸ ਸਕੀਮ ਦੇ ਵਿੱਚ ਲਗਾਊਗੀ ਵੇਅਰ ਐਜ਼ ਜੇ ਪੰਜਾਬ ਕੋਲ ਸਪੈਸ਼ਲ ਕੈਟਾਗਰੀ ਸਟੇਟਸ ਹੁੰਦਾ ਤਾਂ ਉਸੇ ਸੈਂਟਰਲੀ ਸਪੋਂਸਰ ਸਕੀਮ ਦਾ 90% ਪੈਸਾ ਸੈਂਟਰ ਸਰਕਾਰ ਦੁਆਰਾ ਦਿੱਤਾ ਜਾਂਦਾ ਪੰਜਾਬ ਨੂੰ ਤੇ ਪੰਜਾਬ ਸਰਕਾਰ ਨੇ ਸਿਰਫ 10% ਪੈਸਾ ਉਸ ਸਕੀਮ ਦੇ ਵਿੱਚ ਲਗਾਉਣਾ ਸੀ ਸੋ ਇਹ ਫਾਇਦੇ ਹੁੰਦੇ ਨੇ ਜੀ ਕਿਸੇ ਸਟੇਟ ਨੂੰ ਜੇ ਸਪੈਸ਼ਲ ਕੈਟਾਗਰੀ ਸਟੇਟਸ ਮਿਲ ਜੇ ਸੋ ਅੱਜ ਦੀ ਆਪਣੀ ਇਹ ਬੋਡੀ ਖਤਮ ਹੋ ਚੁੱਕੀ ਹੈ ਨੈਸ਼ਨਲ ਡਿਵੈਲਪਮੈਂਟ ਕੌਂਸਲ ਜਿਹੜਾ ਕੁਐਸਚਨ ਤੁਹਾਡੇ ਤੋਂ ਪੁੱਛਿਆ ਸੀ ਉਹਦਾ ਆਨਸਰ ਕਮੈਂਟ ਬੋਕਸ ਦੇ ਵਿੱਚ ਕਰ ਦਿਓ ਮੈਨੂੰ ਬਹੁਤ ਵਧੀਆ ਲੱਗੂਗਾ ਤੇ ਬਸ ਇੱਕ ਅੱਧੀ ਬੋਡੀ ਰਹਿ ਗਈ ਲਾਅ ਕਮਿਸ਼ਨ ਆਫ ਇੰਡੀਆ ਵਗੈਰਾ ਠੀਕ ਹੈ ਉਹ ਅਗਲੇ ਲੈਕਚਰ ਵਿੱਚ ਆਪਾਂ ਕੰਪਲੀਟ ਕਰਕੇ ਫਿਰ ਆਪਾਂ ਪੋਲਿਟੀ ਦੇ ਵਿੱਚ ਅੱਗੇ ਵਧਾਂਗੇ ਧੰਨਵਾਦ